ਲੋ ਜੇ ਇਹ ਗਲਾਸ ਛੋਟਾ ਜਿਹਾ ਸ਼ੀਸ਼ੇ ਦਾ ਗਲਾਸ ਮਹਿਮਾਨਾਂ ਦੇ ਅੱਗੇ ਰੱਖ ਦਿੱਤਾ ਜਾਂਦਾ ਹੈ ਉਹ ਵਿਚਾਰਾ ਦੂਜੀ ਵਾਰੀ ਸਵਾ ਦੋ ਲੀਟਰ ਵਾਲੀ ਬੋਤਲ ਲਾਉਣੇ ਤੇ ਭਾਈ ਆ ਜ ਸਵਾ ਦੋ ਲੀਟਰ ਵਾਲੀ ਬੋਤਲ ਮੇਰੇ ਖਿਆਲ ਕਮ ਅਜ਼ ਕਮ ਪੈਪਸੀ ਕੋਕਾ ਕੋਲਾ ਤੋਂਣੀ ਚਾਹੀਦੀ ਹੈ ਨਾ ਪੱਲੇ ਕੁਝ ਨਿੰਦਾ ਮੋੜ ਜੀਆਂ ਨਿਆਸੀ ਗਰੀਬਾਂ 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 ਇਸ ਵਾਸਤੇ ਉਹਹਿਣਾ ਕਿ ਜ ਇੰਜ ਪਰਾਣਾ ਰੁੱਸਦਾ ਤੇ ਪਿਆਰ ਰੁੱਸੇ ਭਾਈ ਬੋਤਲ ਨਿੰਨੇ ਪਿਵਾਈਸ਼ ਬਿਹਤਰੀਨ ਬਣਿਆ ਤੇ ਬੜੇ ਮناسب ਜੇ ਖਰਚੇ ਜੀ ਅਸਲਾਮੁਆਲਿਕ ਸੋਹਣਿਆ ਕੀ ਹਾਲ ਨੇ ਉਮੀਦ ਕਰਨਾ ਕਿ ਤੁਸੀਂ ਖੈਰ ਖਰੀਅਤ ਨਾਲ ਹੋ ਸੋ ਸਤ ਠੀਕ ਠਾਕ ਹੋ ਸੋ ਮੈਂ ਮੋਮਨ ਹਸਨੈਨ ਤਾਂ ਤੁਸੀਂ ਵੇਂਦੇ ਪਏ ਹੋ YouTube ਚੈਨਲ ਹਸਨੈਨ ਸਰਗਾਣਾ ਤੇ ਇਨਸ਼ਾਅੱਲਾ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਔਰ ਬੈਲ ਆਈਕਨ ਨੂੰ ਵੀ ਦਬਾ ਦੇ ਤਾਂ ਕਿ ਹਰ ਆਨੇ ਵਾਲੀ ਵੀਡੀਓ ਤੁਹਾਨੂੰ ਮਿਲਦੀ ਰਹੇ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣਾ ਹੈ ਕਿ ਗਰਮੀ ਜਿਹੜੀ ਹੈ ਨਾ ਉਹ ਹੱਦ ਤੋਂ ਜ਼ਿਆਦਾ ਹੈ ਬਹੁਤ ਜ਼ਿਆਦਾ ਗਰਮੀ ਤੇ ਆਪਣੇ ਡੇਰੇ ਤੇ ਆਇਆ ਕੋ ਖਾਦੀ ਬੋਰੀ ਆਂਦੀ ਆ ਕੋ ਪਟੀਆਂ ਛਟੀਆਂ ਪਾਣੀ ਲੈਣਾ ਤੇ ਪਿਆਸ ਸ਼ਿਆਸ ਲੱਗੇ ਤੇ ਨਾਲ ਇੱਕ ਮੁੰਡਾ ਹੈ ਤੇ ਉਹ ਪਹਿਲੇ ਦਿਲ ਦੇ ਤੱਕ ਉਥੇ ਬੋਤਲ ਲੈ ਲਈ ਮੁੰਡ ਨੇ ਯਾਰ ਯਕਦਮ ਜ਼ੈਨ ਬਦਲਿਆ ਕਿ ਨਿੰਬੂ ਲੈਨੇ ਆ ਤੇ ਬਰਫ਼ ਲੈਨੇ ਆ ਤੇ ਚੀਨੀ ਤੇ ਜਾ ਕੇ ਡੇਰੇ ਤੇ ਨਾ ਸ਼ਕੰਜ ਵੀ ਬਣਾਵਾਂਦੇ ਪਾਣੀ ਮਿੱਠਾ ਬਣਾ ਕੇ ਨਾ ਨਿੰਬੂ ਵਾਲਾ ਉਹ ਪੀਨੇ ਆ ਤੇ ਹੁਣ ਜਨਾਬ पतीली लगा बल्कि ढोना या पानी शानी बना लगें ठीक है तो अपना दौ दो तै त्रै ग पीवाते पूरी पूरी झश लवते छुरी 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 के छुरी ਤੁਰੀ ਆਖਰਕਾਰ ਮਿਲ ਹੀ ਗਈ ਹੈ ਐ ਚੀਨੀ ਜਨਾਬ 40 ਰੁਪਏ ਦੀ ਚੀਨੀ ਹੈ ਐ 20 ਰੁਪਏ ਦੇ ਨਿੰਬੂ ਨੇ ਐ ਬਰਫ਼ ਜੜੀ ਕੇ ਉਹ ਸੀ ਆਪਣੇ ਘਰੋਂ ਲੈ ਕੇ ਆਣਾ ਆਪ ਸਾਹਿਬ ਲਾ ਲਿਓ ਵੀ 60 ਰੁਪਏ ਸਾਡਾ ਜਿਹੜਾ ਹੈ ਨਾ ਉਹ ਖਰਚਾ ਹੈ ਤੇ ਚਲੋ ਬਰਫ਼ ਦੇ ਵੀ ਨਜ਼ਰ ਕੇ ਇੱਕ ਵਾਰੀ ਬੰਦ ਕਰਾ ਨਾ ਸਮਝ ਨਹੀਂ ਸੀ ਆ ਰਹੀ ਉਹ ਆਵੰਦੇ ਚਲੋ ਉਹ ਵੀ ਇਤਰੀ ਦੀ ਬਰਫ ਕਰ ਲਿਓ ਤੇ ਆ ਆਪਣੇ ਤੂਤਾਂ ਦੇ ਛਾਂ ਥੱਲੇ ਆਪਣੇ ਡੇਰੇ ਦੇ ਉੱਤੇ ਆਇਆ ਠੀਕ ਹੈ ਤੇ ਆ ਛੁਰੀ ਛੁਰੀ ਲੱਭ ਗਈ ਹੈ ਆ ਪਾਣੀ ਲੈ ਕੇ ਆਏ ਨੜਕੇ ਤੂੰ ਆ ਹੁਣ ਆ ਨਿੰਬੂ ਸ਼ੰਭ ਬਾਕੀ ਹੈ ਤੁਸੀਂ ਵੀ ਜਾਣਦੇ ਹੋ ਕਿੰਦਾ ਫਾਇਦਾ ਹੈ ਬਿਗੈਰ ਕਿਸੇ ਟੈਨਸ਼ਨ ਤੋਂ ਕੋਈ ਮਸਲਾ ਨਹੀਂ ਹੁੰਦਾ ਹੁਣ ਕਿੰਜ ਵੀ ਬਕਾਇਦਾ ਸੇਹ ਤੇ ਮੇਦਾ ਵੀ ਫ੍ਰੈਸ਼ ਮੇਦਾ ਵੀ ਠੀਕ ਤੇ ਉਂਝ ਵੀ ਆਪਣਾ ਰਾਜ ਕੇ ਬੰਦਾ ਪਾਣੀ ਛਾਣੇ ਵੀ ਪੀ ਲੈਂਦਾ ਜਿਹੜੀ ਬੋਤਲ ਏ ਉਹਦੇ ਤੁਸੀਂ ਵੀ ਜਾਣਦੇ ਹੋ ਵੀ ਕਿੰਨੇ ਨੁਕਸਾਨ ਨੇ ਤੇ ਇਸ ਵਾਸਤੇ ਆ ਇੱਕ ਤੇ ਪਿਆਸ ਲੱਗੀ 150 ਰੁਪਏ ਦੀ ਬੋਤਲ ਏ ਕੋਕਾ ਕੋਲਾ ਦੀ ਤੇ ਦੋ ਬੰਦੇ ਉਹ ਜਿਹੜੇ ਨਾ ਲੀਟਰ ਵਾਲੀ ਬੋਤਲ ਪੀ ਜਾਂਦੇ ਨੇ ਤੈਨੂੰ ਉਲਟਾ ਨੁਕਸਾਨ ਏ ਪਿਆਸ ਵੀ ਮਤਲਬ ਅੱਧੇ ਘੰਟੇ ਬਾਅਦ ਪਿਆਸ ਦੁਬਾਰਾ ਲੱਗ ਜਾਂਦੀ ਇਸ ਵਾਸਤੇ ਅਸਾਂ ਫਿਰ ਆ ਨਾ ਜ਼ਹਿਨ ਬਣਾਇਆ ਕਿ ਸ਼ਿਕੰਜਵੀ ਜਿਹੜੀ ਹੈ ਨਾ ਉਹ ਆਪਣਾ 1 ਤੋਂ 2 ਵਜੇ ਦਾ ਟਾਈਮ ਹੈ ਬੜੀ ਚਾਸ ਹੁਸੀਦੀ ਤੇ ਹੁਣ ਆਪਣਾ ਕੱਟਕੂਟ ਕਿ ਆ ਵਿੱਚ ਪਹਿਨੇ ਆ ਆਪਣਾ ਇਹ ਹਿਸਾਬ ਲਾਓ ਮੈਂ ਜਿੰਨੀ ਖਿੰਨੀ ਹੈ ਇਹ 5-7 ਬੰਦਿਆਂ ਨੇ ਮੀ ਪਾਣੀ ਜੜਾ ਨਾ ਇਹ ਕਾਫੀ ਹੈ ਇਸ ਵਾਸਤੇ ਤੁਸੀਂ ਬੋਤਲ ਦੇ ਬਜਾਇ ਗਰਮੀਆਂ ਦਾ ਮੌਸਮ ਹੈ ਜਿਸ ਟਾਈਮ ਬੋਤਲ ਦਾ ਮੋੜ ਬਣੇ ਉਸ ਟਾਈਮ ਆਪਣਾ ਸ਼ਿਕੰਜਵੀ ਬਣਾਈ ਤੇ ਸੋਹਣੇ ਤਰ੍ਹਾਂ ਸੁਤਰਾ ਕੇ ਪੀਤੀ ਇਸ ਤਰ੍ਹਾਂ ਨਾਲ ਇੱਕ ਤਾਂ ਨੁਕਸਾਨ ਤੋਂ ਬਚੋਦੇ ਬੋਤਲ ਦੇ ਢੇਰ ਸਾਰੇ ਨੁਕਸਾਨਾਤ ਨੇ ਕਦੇ ਨੈਟ ਤੇ Google ਤੇ ਸਰਚ ਕਰੋ ਨਾ ਬੋਤਲ ਦੇ ਕਿੰਨੇ ਕੁ ਨੁਕਸਾਨਾਤ ਨੇ ਲਿਕਵਿਡ ਦੇ ਇਹ ਦੋਨੋਂ ਲੱਗ ਪਤਾ ਜਾਸੇ ਤੇ ਇਸ ਵਾਸਤੇ ਬਹੁਤ ਪਾਣੀ ਸ਼ਾਣੀ ਪੀਤਾ ਕਰੋ ਆਪਣਾ ਦੇਸੀ ਟੋਟਕਾ ਸ਼ਿਕੰਜਵੀ ਲیمو ਪਾਣੀ ਇੱਕ ਤੇ ਮੇਦਾ ਫਰੈਸ਼ ਇਹ ਬੰਦਾ ਮੋਟਾ ਛੋਟਾ ਨਹੀਂ ਹੁੰਦਾ ਚਰਬੀ ਐਕਸਟਰਾ ਵੀ ਲੈ ਜਾਂਦੀ ਹੈ ਬਾਕੀ ਇਹਦੇ ਕਈ ਸਾਰੇ ਫਾਇਦੇ ਨੇ ਯਾਰ ਜਦੋਂ ਤੁਸੀਂ ਵੇਖਿਆ ਨਾ ਦੋਨੋਂ ਆਪਣੇ ਆਪ ਪਤਾ ਲੱਗ ਜਾਸੇ ਜਦੋਂ ਤੁਸੀਂ ਪੀਤਾ ਪੀਤੇ ਪਿੰਦੇ ਤੇ ਹੁਣੇ ਹੀ ਹੋ ਲੇਕਿਨ ਬਸ ਕਦੀ ਕਿਦਾਰ ਸ਼ਿਕੰਜ ਵੇਜ ਅੱਜ ਕੱਲ ਬੰਦੇ ਸ਼ਿਕੰਜ ਵੀ ਤਰਜੀਹ ਕੋ ਨਹੀਂ ਦਿੰਦੇ ਮਹਿਮਾਨ ਆਵੇ ਤਾਂ ਬੋਤਲ ਲੈ ਆਓ ਬੋਤਲ ਲੈ ਆਓ ਲਓ ਜੀ ਇੱਕ ਗਲਾਸ ਛੋਟਾ ਜਿਹਾ ਸ਼ੀਸ਼ੇ ਦਾ ਗਲਾਸ ਮਹਿਮਾਨਾਂ ਦੇ ਅੱਗੇ ਰੱਖ ਦਿੱਤਾ ਜਾਂਦਾ ਉਹ ਵਿਚਾਰਾ ਦੂਜੀ ਵਾਰੀ ਪਛੀ ਹੁੰਦਾ ਦੁਬਾਰਾ ਮੰਗਦਾ ਹੀ ਨਹੀਂ ਓਏ ਸਵਾਸ ਦਾ ਯਾਰ ਉਹ ਜਿਹੜੀ 150 ਦੀ ਬੋਤਲ ਲਿਆਉਣੀ ਉਹ 100 ਰੁਪਏ ਖਰਚਾ ਕਰ ਲਿਓ ਮਹਿਮਾਨ ਦੇ ਸਾਹਮਣੇ ਢੋਣਾ ਸ਼ਿਕੰਜ ਵੀ ਦਾ ਅੱਗੇ ਜਰਾ ਕੇ ਲੈ ਸੋਣਿਆ ਪੀ ਜਿੰਨਾ ਦੇ ਲੈ ਇੱਕ ਤਾਂ ਮਹਿਮਾਨ ਵੀ ਖੋਜਦੇ नींबू वाला पानी तुनु पता है शहरें जाइ रेड़िया सट्ठ सपय ग लगा पता निू पानी तो, तो बेहतर नहीं सोनी तरह अपने घर बना के जितने भी रो अपने बाजार अपना बना के यार दोस्तों या फैमिली ना जिस टी दिल करे अपना बोतल बजाय शिकिंज भी पियोता चीनी बचाव भी ले ਕਈ ਹੈ ਅਗਲੀ ਗੱਲ ਛੱਡ ਤਾ ਨਿੰਬੂ ਚੰਗੀ ਤਰ੍ਹਾਂ ਆਹ ਵੇਖ ਲਿਓ ਸਾਰਾ ਜੂਸ ਮਸ਼ੀਨ ਤੋਂ ਸਾਡੇ ਕੋਲ ਕੋਈ ਨਹੀਂ ਬਜੜਿਆ ਜਾਵਣ ਮਸ਼ੀਨ ਨਾਲ ਇਹਨੂੰ ਨਿਚੋੜਨਾ ਹੈ ਹੱਥ ਹੀ ਸਾਡੇ ਮਸ਼ੀਨਾਂ ਨੇ ਜੱਟਾਂ ਵਾਲਾ ਹੀ ਸਾਭੀ ਹੈ ਖਾਲੀ ਹੋ ਗਿਆ ਸੜ ਛੱਡੋ ਦੋ ਜਨ ਹੱਥ ਲਾ ਲਓ ਇਹ ਅਗਰ ਬੰਦਾ ਕੋ ਕਿਲੋ ਜਾਂ ਅੱਧਾ ਕਿਲੋ ਨਿੰਬੂ ਲਿਆ ਕੇ ਫ੍ਰਿਜ ਚ ਰੱਖ ਦੇਵੇ ਨਾ ਤੇ ਹੋਰ ਜ਼ਿਆਦਾ ਬਚਤ ਹੈ ਫ੍ਰਿਜ ਚ ਦੋ ਨਿੰਬੂ ਕੱਢੇ ਸੋਹਣੀ ਤਰ੍ਹਾਂ ਆਪਣਾ ਟੈਮੋ ਟਾਈਮ ਬਣਾ ਕੇ ਪੀਤੇ ਜਿਸ ਟਾਈਮ ਮਹਿਮਾਨ ਆਇਆ ਉਹਦੇ ਅੱਗੇ ਬਣਾ ਕੇ ਰੱਖੀ ਰੋਜ਼ਾਨਾ ਬਾਜ਼ਾਰ ਚ ਲਿਆਉਣ ਤੋਂ ਬਿਹਤਰ ਹੈ ਕੋ ਕਿਲੋ ਅੱਧਾ ਕਿਲੋ ਜਿਹੜਾ ਹੈ ਨਾ ਉਹ ਬੰਦਾ ਫਰਿੱਜ ਲਿਆ ਕੇ ਰੱਖ ਛੱਡੇ ਆ ਜਿਹੜੇ ਲੈ ਕੋ ਪ੍ਰਾਣਾ ਆਉਂਦਾ ਜਿਹਲੇ ਕੋ ਮਹਿਮਾਨ ਆਉਂਦਾ ਹੈ ਪੁੱਤਰ ਭੱਜ ਬੋਤਲ ਲੈ ਆ ਪੁੱਤਰ ਜਲਦੀ ਬੋਤਲ ਲੈ ਕੇ ਆ ਪ੍ਰਾਣਾ ਆ ਕੇ ਬੋਤਲ ਲੈ ਕੇ ਆ ਕੋਈ ਨਹੀਂ ਪਤਾ ਹੁੰਦਾ 150 ਰੁਪਏ ਦੀ ਇੱਕ ਬੋਤਲ ਇਹ 150 ਠੁੱਕ ਜਾਂਦਾ ਦਸਤੀ ਹਾਂ ਜੀ ਉਹ ਪੈਪਸੀ ਲੈ ਆਂਦੇ ਤਾਂ ਹੁਣ 7 ਆਪ ਲੈ 50 ਲੈ ਇਹ ਨਹੀਂ ਪੀਣੀ ਹੁਣ ਸਾਂ ਬਣ ਗਈ ਇਸਨੇ ਆ ਇੱਕ ਨਿੰਬੂ ਵੇਖ ਰਾਇਆ ਕੇ ਬਸ ਇਹਨੇ ਵਿਚੰਗੀ ਤਰ੍ਹਾਂ ਅਮਾ ਤੇ ਸਮਝੋ ਮੈਂ ਆ ਮੈਂ ਹੱਥਾਂ ਨਾਲ ਧੋ ਕੇ ਆਇਆ ਹਾਂ ਸੋਹਣੀ ਤਰ੍ਹਾਂ ਸੁਤਰਾ ਕੇ ਸਾਬਣ ਨਾਲ ਆ ਧੋਤੇ ਨੇ ਕਿਉਂਕਿ ਸਫਾਈ ਜੜੀ ਨਹੀਂ ਸਿਮਾਨ ਹੈ ਸਹੀ ਆ ਦੋੜੀ ਨਜ਼ਰ ਲੱਗ ਗਈ ਹੈ ਆ ਤੇ ਵਿੱਚ ਨਿੰਬੂ ਧਾਇਆ ਗਿਆ ਵੈਸੇ ਹੈ ਤੇ ਸਸਤਾ ਤਰੀਕਾ ਉਹ ਮੇਰਾ ਭਾਈ ਇਹ ਇਹਨਾਂ ਇੱਕ ਸਹੀ ਹੈ ਕਿ ਤੇਰੀ ਸੋਚ ਹੈ ਜਿਹੜੇ ਤੁਸੀਂ ਵੇਖੋ ਨਾ فرض ਕਰੋ ਚਾਰ ਮਹਿਮਾਨ ਆ ਗਏ ਨੇ ਤੁਸੀਂ ਲਾਜ਼ਮੀ ਲਾਜ਼ਮੀ ਜਵਾ ਦੋ ਲੀਟਰ ਬੋਤਲ ਲੈਵਣੀ ਹੁਣ ਬੰਦ ਕਰ ਇੱਕ ਵਾਰ ਹੁਣ ਬੰਦ ਕਰ ਹੋ ਗਿਆ ਹੋ ਗਿਆ ਲਾਜ਼ਮੀ ਸਵਾ ਦੋ ਲੀਟਰ ਵਾਲੇ ਬੋਤਲ ਲੈਣੇ ਤੇ ਭਾਈ ਆ ਸਵਾ ਦੋ ਲੀਟਰ ਵਾਲੇ ਬੋਤਲ ਮੇਰੇ ਖਿਆਲ ਨਾਲ ਸਾਇਲੈਂਟ ਇਹਨੂੰ ਭਾਰ ਦੇ 에ਰਪਲੇਨ ਚਲੋ لازਮੀ ਸਵਾ ਦੋ ਲੀਟਰ ਵਾਲੇ ਜਿਹੜੀ ਹੈ ਨਾ ਜੇ ਗੁਰਮੇ ਲਿਆ ਕੇ ਰੱਖੀ ਹੈ ਤਾਂ ਮੀਆਂ ਸਾਲਟੇ ਉਹ ਤਾਂ ਵੀ ਬੰਦਨ ਪਛਕੀ ਹੁੰਦੀ ਹੈ ਨੈਕਸਟ ਕੋਲਾ ਲਿਆ ਵੀ ਹੈ ਕਮ ਅਜ਼ ਕਮ ਪੈਪਸੀ ਕੋਕਾ ਕੋਲਾ ਤਾਂ ਹੋਣੀ ਚਾਹੀਦੀ ਹੈ ਤੇ ਉਹ 250 ਰੁਪਏ ਦੀ ਬੋਤਲ ਹੈ ਯਕੀਨ ਕਰੋ ਕਸਮ ਖੁਦਾ ਦੀ 100 ਰੁਪਈਆ ਭਰੀ ਹੈ ਨਾ ਤੇ ਸੱਤਾਂ ਪ੍ਰਾਣਿਆਂ ਦਾ ਪਾਣੀ ਸ਼ਿਕੰਜ ਵੀ ਐਸ ਮੌਸਮ ਦੇ ਵਿੱਚ ਤੇ ਮੁਰ ਠੰਡਾ ਤੇ ਲਜ਼ੀਜ਼ ਪਾਣੀ ਕੀ ਬਾਤ ਹੈ ਲੀਮੋ ਪਾਣੀ ਇਹ ਪਿਵਾਇਆ ਕਰੋ ਯਾਰ ਤੁਹਾਡੀ ਮਿਹਰਬਾਨੀ ਕੋਈ ਇੱਕ ਤਾਂ ਖਰਚਾ ਘਟਾ ਹੋ ਗਰੀਬ ਬੰਦੇ ਆ ਤੇ ਇਹ ਅਮੀਰਾਂ ਬੰਦਿਆਂ ਦੀਆਂ ਬੋਤਲਾਂ ਨੇ ਤੇ ਸਾਰਾ ਸਿਸਟਮ ਹੈ ਅਸੀਂ ਟ੍ਰੈਂਡ ਗਲਤ ਤੇ ਲੱਗ ਗਏ ਹੋਇਆ ਸਾ ਅਸਾਂ ਟਰੈਕ ਗਲਤ ਚੋਣ ਲਿਆ ਹੈ ਲਗਜ਼ਰੀ ਸਟਾਈਲ ਤੇ ਜ਼ਿੰਦਗੀ گزارਨਾ ਚਾਹਨੇ ਆ ਤੇ ਪਿਛੂ ਵੇ ਕੇ ਸਾਡੇ ਪੱਲੇ ਕੁਝ ਨਹੀਂ ਨੰਦਾ ਮੋੜ ਅਸੀਆਂ ਨੇ ਅਸੀ ਗਰੀਬਾਂ 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 ਇਸ ਵਾਸਤੇ ਉਤਨਾ ਕਰੋ ਜਿੰਨਾ ਤੁਹਾਡੇ ਕੋਲ ਬਿਲਕੁਲ ਇਹ ਟ੍ਰੈਂਡ ਸਨ ਆਪ ਹੀ ਖਤਮ ਕਰਨਾ ਪਾਣਾ ਇਹ ਕਦੇ ਵੀ ਨਾ ਸੋਚੋ ਅਗਲਾ ਕੀ ਆਖਦਾ ਅਗਲੇ ਨੂੰ ਵੀ ਪਤਾ ਹੈ ਵੀ ਇਹਨਦੇ ਕੋਲ ਆਹ ਕੁਝ ਹੈ ਤੇ ਆ ਨਹੀਂ ਉਹ ਇੱਕ ਬੰਦੇ ਨੂੰ ਸ਼ਕੰਜਵੀ ਲਿੰਬੂ ਵਾਲਾ ਪਾਣੀ ਬਣਾ ਕੇ ਦੇ ਵੀ ਹੋਰ ਹੋਰ ਜ਼ਰਾਬ ਤੂੰ ਲੈਣਾ ਕੀ ਇੰਜ ਪੁਰਾਣਾ ਰੁਸਦਾ ਤੇ ਪਿਆ ਰੁਸੇ ਭਾਈ ਬੋਤਲ ਨਿੰਨੇ ਪਿਵਾਈ ਸ਼ਿਕੰਜਵੀ ਪਿਵਾ ਚੜੇ ਨਾ ਇਸ ਤੋਂ ਯਾਰ ਅੱਛੀ ਕਿਹੜੀ ਹੈ ਬੋਤਲ ਨਾਲੋ ਤੇ ਹਜ਼ਾਰ ਦਰਜੇ ਅੱਛੀ ਜਾਂਦਾ ਨੁਕਸਾਨ ਵੀ ਕੋ ਨਹੀਂ ਹੁੰਦਾ ਉਲਟਾ ਨੁਕਸਾਨ ਲੇਕਿਨ ਸਾਡਾ ਟ੍ਰੈਂਡ ਗਲਤ ਮਾਨ ਗਿਆ ਮਹਿਮਾਨ ਨੂੰ ਜੀ ਬੋਤਲ ਪਿਵਾਣੀ ਸ਼ਿਕੰਜਵੀ ਮੜੋ ਉਪਜੀ ਪੁਰਾਣਾ ਮੜ ਜਾ ਕਿ ਉਥੇ ਕੀ ਆਕਸੀ ਦਾ ਮੈਨੂੰ ਨਾ ਬੋਤਲ ਨਾ ਪਿਵਾਈ ਸ਼ਿਕੰਜਵੀ ਪਿਵਾ ਚੜੇ ਭਾਈ ਅੱਲਾ ਦਾ ਨਾ ਹੈ ਇਸ ਟ੍ਰੈਂਡ ਤੋਂ ਬਚੋ ਥੋੜਾ ਜਿਆ ਤਾਂ ਬਾਕੀ ਹੁਣ ਅਸੀਂ ਹੁਣ ਪਾਣੀ ਸ਼ਹਿਨ ਭਾਈ ਥੋੜਾ ਹੱਥ ਮਾਰੋ ਤਰੇ ਲੱਖੀ ਨਾਲੇ ਆ ਵੀਡੀਓ ਨਾ ਨਾ ਲੰਮੀ ਹੋ ਜਾਵੇ ਤੁਸੀਂ ਵੀ ਬੋਰ ਹੋ ਜਾਣਾ ਇੱਕ ਦੋ ਦੋ ਗਲਾਸ ਆਪਣੇ ਥੀਵਜ਼ ਨੂੰ ਦੇਵੀਏ ਢੇਰ ਸਾਰੇ ਸਾਹਮਣੇ ਇੱਕ ਵਾਰੀ ਬਣਾ ਕੇ ਪੀਣੇ ਨਾ ਦੋਨੋਂ ਵੀ ਪਤਾ ਲੱਗ ਸਿਰ ਆ ਬਈ ਕਿੰਜ ਵੀ ਕੀ ਸ਼ ਹੈ ਚੰਗੀ ਮਿਕਸ ਕਰ ਲੈ ਸਾਡਾ ਤੋ ਬਖਾਵੇਂ ਨਾ ਇੱਕ ਵਾਰੀ ਮਾਹੌਲ ਹੈ ਇੱਕ ਵਾਰੀ ਗਰਮੀ ਦਾ ਆ ਤੇ ਹੈ ਢੋਲ ਚੁੱਪ ਚਾਂ ਹੋਈ ਪਈ ਵਾਰੀ ਪਿੰਦੇ ਵੀ ਤੇ ਜਾਨਵਰ ਵੀ ਨਾ ਆਪਣੀ ਆਪਣੀ ਜਗ੍ਹਾ ਤੇ ਰਾਹ ਦੇ ਉੱਤੇ ਬੈਠੇ ਹੋਏ ਡੇਰਾ ਜੂ ਰਾਹ ਦੇ ਉੱਤੇ ਜਿਹੜਾ ਆਇਆ ਭਰਾ ਲੱਗਦਾ ਟਪਦਾ ਉਹ ਵੀ ਪੀਸੀਦਾ ਇਹ ਕਿਹੜਾ ਮੜ ਬੋਤोले ਵੀ ਜਿਹੜੀ ਮੁੱਕ ਜਾਣੀ ਕਿਤੇ ਚੱਲੇ ਮੈਂ ਲੂਣ ਲਈ ਆਵਾ ਲੂਣ ਸਮਝਦਾ ਨਾ ਨਮਕ ਉਹ ਲਈ ਸਹੀ ਬੇਲੀ ਸਾਡਾ ਲੂਣ ਵੀ ਨਾ ਪੀਂ ਭੋਲਿਆ ਇਹਨਾਂ ਹੱਸ ਬੇ ਮੂਲੀ आज मोड़ कोई नहीं हमने। या गरीब खा शिकंजी भी द रंग इदे दिखाओ क्या बात है सुभान अल्लाह सुभान अल्लाह वाह जी वाह क्या बात है क्या शिकंजी का कलर बनया है ਸਾਨੂੰ ਜਿਹੜਾ ਇੱਥੇ ਮਿਲਣ ਆਇਆ ਨਾ ਕੋਈ ਵੀ ਆ ਜ਼ਰੂਰੀ ਨਹੀਂ ਕੋ ਮੇਰੇ ਆ ਵੇਖਣ ਆਲੇ ਆਉਣ ਕੋਈ ਵੀ ਆ ਮਹਿਮਾਨ ਆਉਂਦਾ ਨਾ ਦੋਸਤ ਬੇਲੇ ਯਾਰ ਉਹ ਬਈ ਸਾਰੇ ਸੁਣਦੇ ਪਏ ਸ਼ਿਕੰਜਵੀ ਪੀਵਣੀ ਹੈ ਕੋਈ ਬੋਤਲ ਸ਼ੋਤਲ ਨਹੀਂ ਬੋਤਲ ਦਾ ਟ੍ਰੈਂਡ ਸਭ ਖਤਮ ਹੈ ਠੀਕ ਹੈ ਨਾ ਇੱਕ ਤੇ ਮੰਗ ਹੀ ਬੜੀ ਹੈ ਤੇ ਦੂਜਾ ਨੁਕਸਾਨ ਬੜੇ ਨੇ ਤੇ ਸ਼ਿਕੰਜਵੀ ਪੀਵਾਵਾਂਦੇ ਤਾਂ ਜ਼ਰੂਰ ਪੀਵਾਉਣਾ ਹੱਥ ਮਾਰੋ ਨਾ ਪਹਿਲਾਂ ਮੈਨੂੰ ਪੀਵਾਓ आज ना देख लो बर्फ जा रही है क्या क्या बात है आहा मैं हुन गिलास लेके आया आए, कैसे आए, क्या बात क्या बात हाँ तैयार होगी हम तैयार है क्या आई द चाचे चाचे यार मार के और तो मेरे यार सही बनी मेरे यार ਗੱਲੇ ਵਾ ਤੁਸੀਂ ਵੰਦੇ ਪਏ ਹੋ ਚਾਚਾ ਸੁਤਾ ਪਿਆ ਠੀਕ ਹੈ ਉਹ ਨਾਲੇ ਆਇਆ ਉਹ ਨਾਲੇ ਜਨਾਬ ਆ ਪਾਣੀ ਛਾਣੀ ਬਣਾਇਆ ਜੇ ਬੋਤਲ ਹੁੰਦੇ ਤੇ ਨਾ ਕੋ ਚਾਹ ਸੋਣੀ ਇਹਨਾਂ ਕੋਰ ਜਾ ਮੈਂ ਕਿ ਨਾਲੇ ਚਾਚੇ ਰਿਪੇ ਪੀਂਦਨ ਨਾਲੇ ਆ ਪੀਨੇ ਆ ਦੋ ਦੋ ਤਰੇ ਤਰੇ ਗਲਾਸ ਛਿੱਕਾ ਦੇ ਇਤਨਾ ਪਾਣੀ ਬਣਾਇਆ 60 ਰੁਪਈਆ ਇੱਥੇ ਮੇਰੇ ਖਿਆਲ ਹੈ ਬਾਤ ਜਾਣੇ ਇਹ ਅਰੇ ਬਾਤ ਜਾਣੇ ਸਾਬ ਕਿਤਾਬ ਲਾ ਲਿਓ ਤੁਸੀਂ ਆਪ ਇਸ ਵਾਸਤੇ ਆ ਬੋਤਲ ਸ਼ੋਤਲ ਨੂੰ ਤਰਜੀਹ ਘਟ ਦਿੱਤੀ ਕਰੋ ਇਹ ਤੁਹਾਡੀ ਮਿਹਰਬਾਨੀ ਹੋਸੀ ਇਹ ਨੁਕਸਾਨ ਤੁਸੀਂ ਬਚੋ ਤੇ ਮਹਿੰਗਾਈ ਦਾ ਦੌਰ ਹੈ ਤੇ ਮਹਿੰਗਾਈ ਕੁਝ ਆਪਨੇ ਆਪ ਸਿਰ ਤੇ ਹੋਰ ਕੀ ਹੋਇਆ ਕਰਿਆ ਮਹਿੰਗਾਈ ਅਸਾਂ ਆਪਣੇ ਆਪ ਸਿਰ ਤੇ ਚੜ੍ਹੀ ਹੋਈ ਹੈ ਮਹਿੰਗਾਈ 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 ਕੁਝ ਥੋੜ ਜਿਹਾ ਸੀ ਆਪ ਵੀ ਕੰਟਰੋਲ ਕਰ ਸਕਨੇ ਆ ਇਸ ਵਾਸਤੇ ਜੋ ਚੀਜ਼ਾਂ ਮناسب ਨੇ ਨਾ ਜ਼ਰੂਰੀਆਤ 'ਚ ਵੀ ਆਉਂਦੀਆਂ ਨੇ ਤੇ ਜ਼ਰੂਰਤਾਂ ਵੀ ਪੂਰੀਆਂ ਹੋ ਜਾਂਦੀਆਂ ਨੇ ਉਹ ਕੀਤੀਆਂ ਕਰੋ ਲੈ ਛੋਰੀ ਕੈਮਰਾਮੈਨ ਉਹਨੇ ਇੱਕ ਵਾਰੀ ਪੀ ਲਵੇ ਹਾਂ ਤੁਸੀਂ ਵੀ ਲਓ ਹੋਰ ਲਿਆਵੇਂ ਨਾ ਇੱਕ ਵਾਰੀ ਕੈਮਰਾਮੈਨ ਨੂੰ ਵੀ ਖਵਾਵੇਂ ਨਾ ਆ ਸਾਰੇ ਕਿ ਤੋਰੇ ਆ ਰਹੇ ਨੇ ਬੋਤਲ ਸਹੀ ਹੈ ਇਹ ਆਇਆ ਸਹੀ ਹੈ ਸਿਸਟਮ ਐ ਸਹੀ ਹੈ ਨਾ ਕਿ ਮਤਲਬ ਸਾਡੇ ਵੀਵਰ ਨੂੰ ਕੀ ਪੈਗਾਮ ਦੇਣਾ ਚਾਹਦੇ ਮੈਂ ਕੀਮੇ ਦੀ ਬਣੀ ਹੈ ਮਤਲਬ ਮੈਂ ਸਹੀ ਪਾਣੀ ਬਣਾਇਆ ਹੈ ਬਿਹਤਰੀਨ ਬਣਿਆ ਤੇ ਬੜੇ ਮناسب ਜੇ ਖਰਚੇ ਜਨਾਬ ਇਹ ਖੰਜੀ ਵੀ ਤਿਆਰ ਹੋ ਗਈ ਹਾਂ ਸਹੀ ਗੱਲ ਹੈ ਮੈਂ ਤੁਹਾਡੇ ਨਾਲ ਹੀ ਆਇਆ ਕਮਸ ਕਮ 40 50 ਰੁਪਏ ਲੱਗਾ ਹੈ ਆ 50 60 ਰੁਪਏ ਲੱਗੇ ਪਹਿਲੇ ਸਾਡਾ ਪਲਾਨ ਹੈ ਯਾ ਵੀ ਬੋਤਲ ਲੈਨੇ ਆ ਬੋਤਲ ਕੋ ਨਿੰਮ ਕੋ ਸ਼ਮ ਕੋ ਲੈ ਲੈਨੇ ਫਿਰ ਸਾਡਾ ਅਜੀ ਅਚਾਨਕ ਹੀ ਜ਼ੇਨ ਬਦਲਿਆ ਵੀ ਸ਼ਕੰਜੀ ਵੀ ਕਿਉਂ ਨਾ ਸ਼ਕੰਜੀ ਵੀ ਬਣਾਈ ਜਾਵੇ ਸਹੀ ਗੱਲ ਤੇ ਬੜੇ ਸਸਤੇ ਜੇ ਪੈਸੇ ਆ ਜਨਾਬ ਇਹ ਸ਼ਕੰਜੀ ਵੀ ਤਿਆਰ ਹੋ ਗਈ ਤੇ ਬੜਾ ਮਜ਼ਾ ਆ ਰਿਹਾ ਇਸ ਵਾਸਤੇ ਵਿਭਰ ਨੂੰ ਚਾਹੀਦਾ ਹੈ ਕਿ ਬੋਤਲ ਦੇ ਜਗ੍ਹਾ ਤੇ ਸ਼ਕੰਜੀ ਵੀ ਗਰਮੀਆਂ ਦੇ ਵਿੱਚ ਇਸਤੇਮਾਲ ਕੀਤੀ ਜਾਵੇ ਹਾਂ ਬਈ ਸੋਹਣੇ ਉਮੀਦ ਕਰਨਾ ਕਿ ਨਿੱਕੀ ਜੀ ਵੀਡੀਓ ਜਿਹੜੀ ਹੈ ਨਾ ਇਹ ਜ਼ਰੂਰ ਇੰਟਰਸਟਿੰਗ ਲੱਗੀ ਹੋਣੀ ਹੈ ਤੇ ਬਾਕੀ ਯਾਰ ਅੱਜ ਦੀ ਵੀਡੀਓ ਦਾ ਮਕਸਦ ਇਹ ਕੋਈ ਨਾ ਕਿ ਮੈਂ ਕੋਈ ਦਵਾਨੂ ਮੋਟੀਵੇਟ ਕਰ ਰਿਹਾ ਹਾਂ ਯਾਰ ਗੱਲ ਕਰਨ ਦਾ ਮਕਸਦ ਇਹ ਕਿ ਇੱਕ ਨਾਰਮਲ ਸ਼ਿਕੰਜਵੀ ਜਿਹੜੀ ਹਰ ਘਰ ਵਿੱਚ ਇਸਤੇਮਾਲ ਹੁੰਦੀ ਹਰ ਬੰਦਾ ਪੀਂਦਾ ਜ਼ਰੂਰੀ ਨਹੀਂ ਕਿ ਮੇਰੇ ਆਖਣ ਤੇ ਕੋਈ ਪੀਣਗੇ ਲੇਕਿਨ ਗੱਲ ਕਰਨ ਦਾ ਮਕਸਦ ਇਹ ਕਿ ਬਹੁਤ ਅੱਛਾ ਪਾਣੀ ਹੈ ਠੀਕ ਹੈ ਲਿੰਮੂ ਪਾਣੀ ਜੀ ਤੇ ਖਰਚਾ ਵੀ ਬਿਲਕੁਲ ਥੋੜਾ ਜਿਹਾ ਹੈ ਬੋਤਲ ਦੀ بجائے ਲੀਮੂ ਪਾਣੀ ਦਾ ਇਸਤੇਮਾਲ ਕੀਤਾ ਜਾਏ ਕਿਉਂਕਿ ਗਰਮੀਆਂ ਨੇ ਤੇ ਇਹ ਲੀਮੂ ਪਾਣੀ ਜਿਹੜਾ ਨੇ ਗਰਮੀ ਦੂਰ ਕਰਦਾ ਤੇ ਬੋਤਲ ਦੇ ਨੁਕਸਾਨਾਤ ਵੀ ਨੇ ਤੇ ਇੱਕ ਮਹਿੰਗੀ ਹੈ ਤੇ ਲਿਆਜ਼ਾ ਮਹਿਮਾਨ ਵੀ ਆਵੇ ਤੇ ਕੋਈ ਨਹੀਂ ਸ਼ਿਕੰਜ ਵੀ ਇਤਨੀ ਬੁਰੀ ਚੀਜ਼ ਨਹੀਂ ਹੈ ਉਹਨਾਂ ਵੀ ਮਹਿਮਾਨ ਦੇ ਸਾਹਮਣੇ ਵੀ ਸ਼ਿਕੰਜ ਵੀ ਬਣਾ ਕੇ ਪੇਸ਼ ਕੀਤੀ ਜਾਵੇ ਠੀਕ ਹੈ ਤੇ ਯਕੀਨ ਕਰ ਜੋ 60 ਰੁਪਏ ਦਾ ਖਰਚਾ ਕੀਤਾ ਤ ਤਰੇ ਬਨੇ ਪਾਣੀ ਵੀ ਰੱਜ ਕੇ ਪੀਤਾ ਦੋ ਦੋ ਤਿੰਨ ਤਿੰਨ ਗਲਾਸ ਪੀ ਤਨ ਪਾਣੀ ਵੀ ਵਧਿਆ ਪਿਆ ਠੀਕ ਹੈ ਇਹ ਵੇਖ ਲਿਓ ਇਹ ਵੇਖ ਲਿਓ ਇੱਕ ਤੁਸੀਂ ਬੰਨੇ ਕੋਈ ਲੱਗਦਾ ਤੇ ਪਾਣੀ ਵੀ ਵਧਿਆ ਪਿਆ ਤਾਂ ਬਾਕੀ ਹੁਣ ਇਹ ਤੂੰ ਲੱਗੇ ਜਾਂਦੇ ਆ ਟਰਾਲੀ ਤੇ ਉਹਨਾਂ ਨੇ ਵੀ ਬਕਾਇਦਾ ਆ ਕੇ ਕਿ ਭਾਈ ਜਾਨ ਪਾਣੀ ਸ਼ਾਣੀ ਪੀਣਾ ਤੇ ਉਹਨੇ ਕਿ ਨਹੀਂ ਮਿਹਰਬਾਨੀ ਇਹ ਬਾਕੀ ਉਮੀਦ ਕਰਨਾ ਕਿ ਇਨਸ਼ਾਅੱਲਾ ਇਹ ਛੋਟਾ ਜਿਹਾ ਵਲਾਗ ਸਾਡਾ ਜਿਹੜਾ ਨਾ ਅੱਜ ਦਾ ਚੰਗਾ ਲੱਗਾ ਹੋਣਾ ਤੇ ਆਪਣੀਆਂ ਦੁਆਵਾਂ ਯਾਦ ਰੱਖਿਆ ਆਪਣਾ ਢੇਰ ਸਾਰਾ ਖਿਆਲ ਰੱਖਿਆ ਮੇਰੀ ਤਰਫੋਂ ਢੇਰ ਸਾਰਾ ਪਿਆਰ ਹੈ ਇਨਸ਼ਾਅੱਲਾ ਅਗਲੀ ਵੀਡੀਓ ਵਿੱਚ ਮੁਲਾਕਾਤ ਹੋਸੀ ਉਦੋਂ ਤੱਕ ਅਲਫੀਸ